ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਗਏ ਉਹ ਸੁੱਕ ਜਾਂਦੇ ਨੇ, ਕੁਮਲਾ ਜਾਂਦੇ ਨੇ, ਚੜ ਜਾਂਦੇ ਨੇ, ਖੁੰਝ ਜਾਂਦੇ ਨੇ, ਰਸਤੇ ਭਟਕ ਜਾਂਦੇ ਨੇ। ਆਸਾ ਕੀ ਵਾਰ ਦਾ ਇਹ ਸ਼ਬਦ ਯਾਦ ਰੱਖੋ ਸਿੱਖੋ, ਜਿਹੜੇ ਬੰਦੇ ਜਿਹੜੇ ਸਿੱਖ ਗੁਰੂ ਤੋਂ ਬੇਮੁੱਖ ਹੋ ਗਏ, ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਹਜ਼ਾਰਾਂ ਖਸਮ ਬਣ ਗਏ। ਆਸਾ ਕੀ ਵਾਰ ਦਾ ਇਹ ਸ਼ਬਦ ਹੈ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਜਿਹੜੇ ਕਹਿੰਦੇ ਆਪਣੇ ਮਨ ਪਿੱਛੇ ਚੱਲਦਿਆਂ ਗੁਰੂ ਦਾ ਰਾਹ ਛੱਡ ਦਿੰਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ। ਕਹਿੰਦੇ ਉਹਨਾਂ ਦੀ ਹਾਲਤ ਇਵੇਂ ਦੀ ਹੁੰਦੀ ਹੈ ਜਿਵੇਂ ਕਿਸੇ ਖੇਤ ਦੇ ਵਿੱਚ ਕੋਈ ਬੂਟਾ ਹਰਿਆ ਭਰਿਆ ਵੀ ਹੋਵੇ, ਉਹਦੇ ਵਿੱਚ ਫਲ ਵੀ ਪੈ ਜਾਵੇ, ਪਰ ਉਹਦੇ ਵਿੱਚ ਪਿਆ ਹੋਇਆ ਫਲ ਸੜ ਜਾਵੇ, ਸਵਾਹ ਦਾ ਰੂਪ ਹੋ ਜਾਂਦਾ ਹੈ। ਜਿਹੜਾ ਫਲ ਸਵਾਹ ਦਾ ਰੂਪ ਹੋ ਜਾਂਦਾ ਹੈ, ਖੇਤ ਦਾ ਮਾਲਕ ਫਿਰ ਉਸ ਬੂਟੇ ਨੂੰ ਵੱਢਦਾ ਨਹੀਂ, ਉਸ ਬੂਟੇ ਦੇ ਫਿਰ ਅਨੇਕਾਂ ਹੀ ਖਸਮ ਹੁੰਦੇ ਨੇ, ਉਸ ਬੂਟੇ ਦੇ ਫਿਰ ਅਨੇਕਾਂ ਹੀ ਸ਼ੌਹ ਹੁੰਦੇ ਨੇ, ਉਹਨੂੰ ਵੱਢਣ ਵਾਲੇ, ਉਹਨੂੰ ਹਾਸਲ ਕਰਨ ਵਾਲੇ ਕਈ ਹੁੰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜਿਉਂ ਸੁੰਨੇ ਅੰਦਰ ਖੇਤ। ਖੇਤੇ ਅੰਦਰ ਛੁੱਟਿਆਂ ਕਹੋ ਨਾਨਕ ਸੌ ਨਾ, ਫਲੀਏ ਫੁੱਲੀਏ ਬੱਪੜੇ ਪੀ ਤਨ ਵਿੱਚ ਸਵਾ। ਐਸੇ ਗੁਰੂ ਤੋਂ ਬੇਮੁੱਖ ਹੋਏ ਲੋਕਾਂ ਦੇ ਹਜ਼ਾਰਾਂ ਹੀ ਖਸਮ ਹੁੰਦੇ ਨੇ। ਕਹਿੰਦੇ ਇਹ ਉਹ ਲੋਕ ਨੇ ਜਿਨ੍ਹਾਂ ਦਾ ਅੰਦਰ ਸੁੱਕਾ ਹੁੰਦਾ ਹੈ, ਅੰਦਰ ਰੱਤਾ ਜਿੰਨਾ ਵੀ ਰਸ ਨਹੀਂ ਹੁੰਦਾ, ਖੇੜਾ ਨਹੀਂ ਹੁੰਦਾ, ਸਿਰਫ ਅਤੇ ਸਿਰਫ ਇੱਕ ਤਰੀਕੇ ਨਾਲ ਸਵਾਹ ਦੀ ਨਿਆਈ ਅੰਦਰੋਂ ਜੀਵਨ ਜੀਉਂਦੇ ਨੇ, ਕਾਲਖ ਦੇ ਨਾਲ ਭਰੇ ਹੁੰਦੇ ਨੇ, ਰੱਤਾ ਜਿੰਨਾ ਵੀ ਪ੍ਰਕਾਸ਼ ਕੋਲ ਨਹੀਂ, ਰੱਤਾ ਜਿੰਨਾ ਵੀ ਗਿਆਨ ਕੋਲ ਨਹੀਂ, ਕੇਵਲ ਅਤੇ ਕੇਵਲ ਸਾਰੀ ਜ਼ਿੰਦਗੀ ਠੇਡੇ ਖਾਂਦੇ ਨੇ, ਵਾਰ ਵਾਰ ਡਿੱਗਦੇ ਨੇ, ਵਾਰ ਵਾਰ ਤਕਲੀਫਾਂ ਦੇ ਵਿੱਚ ਦੁੱਖਾਂ ਦੇ ਵਿੱਚ ਪੈਂਦੇ ਨੇ। ਜੇ ਕਿਤੇ ਜੜ ਦੇ ਨਾਲ ਜੁੜੇ ਹੁੰਦੇ ਫਿਰ ਇਹ ਹਰੇ ਭਰੇ ਰਹਿੰਦੇ। ਇਸ ਕਰਕੇ ਸਿੱਖੋ, ਸਿਧਾਂਤ ਨੂੰ ਸਮਝੀਏ, ਸ਼ਬਦ ਦਾ ਪੱਲਾ ਪਕੜੀਏ। ਸ਼ਬਦ ਤੋਂ ਬਿਨਾਂ ਸਿੱਖ ਅਧੂਰਾ ਹੈ, ਗੁਰੂ ਤੋਂ ਬਿਨਾਂ ਸਿੱਖ ਕਦੇ ਵੀ ਪੂਰਾ ਨਹੀਂ ਹੋ ਸਕਦਾ। ਪੂਰਾ ਤਾਂ ਹੀ ਹੋਇਆ ਜਾ ਸਕਦਾ ਹੈ ਜੇ ਗੁਰੂ ਨਾਲ ਜੁੜ ਜਾਵਾਂਗੇ, ਕਿਉਂਕਿ ਸ਼ਬਦ ਪੂਰਨ ਹੈ, ਜਗਦਾ ਹੋਇਆ ਦੀਵਾ ਹੈ, ਇਹ ਉਹ ਦੀਵਾ ਹੈ। ਕਈਆਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਦੀਵਾ ਨਹੀਂ ਬੁਝਿਆ, ਇਹ ਹਮੇਸ਼ਾ ਜਗਦਾ ਸੀ, ਜਗਦਾ ਹੈ ਅਤੇ ਜਗਦਾ ਰਹੇਗਾ। ਵਾਹਿਗੁਰੂ ਕਿਰਪਾ ਰਹਿਮਤ ਕਰੇ, ਅਸੀਂ ਮਾਣ ਸਨਮਾਨ ਗੁਰੂ ਦਾ ਕਰਿਆ ਕਰੀਏ। ਇੱਕ ਉਦਾਹਰਨ ਦੇ ਕੇ ਸੰਤ ਅਤਰ ਸਿੰਘ ਜੀ ਦਾ ਜ਼ਿਕਰ ਆਉਂਦਾ, ਬਸ ਮੈਂ ਸਮਾਪਤੀ ਕਰ ਦੇਵਾਂ, 12 ਵੱਜ ਗਏ। ਆਹ ਦਿੱਲੀ ਸ਼ਹਿਰ ਦੇ ਵਿੱਚ ਹੀ ਨਾ ਜਲੂਸ ਨਿਕਲ ਰਿਹਾ ਸੀ, ਕਿਤੇ ਇਸ ਦਿੱਲੀ ਸ਼ਹਿਰ ਦੇ ਵਿੱਚ ਜਲੂਸ ਨਿਕਲ ਰਿਹਾ ਸੀ। ਸੰਤ ਅਤਰ ਸਿੰਘ ਜੀ ਦੀ ਜੀਵਨ ਦੀ ਇਹ ਗਾਥਾ ਆਉਂਦੀ ਹੈ। ਸੰਤ ਅਤਰ ਸਿੰਘ ਜੀ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਲੂਸ, ਇੱਕ ਆਪਾਂ ਅੱਜ ਨਗਰ ਕੀਰਤਨ ਕਹਿੰਦੇ, ਉਸ ਸਮੇਂ ਜਲੂਸ ਕਹਿੰਦੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਜਾ ਰਿਹਾ, ਸੰਗਤਾਂ ਸ਼ਬਦ ਪੜ੍ਹਦੀਆਂ ਆ ਰਹੀਆਂ ਨੇ, ਉੱਧਰੋਂ ਇੱਕ ਅੰਗਰੇਜ਼ ਅਫਸਰ ਆ ਰਿਹਾ, ਉਹਦੇ ਨਾਲ ਸਿਕਿਉਰਿਟੀ ਚੱਲਦੀ ਆ ਰਹੀ ਹੈ। ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਗਿਆ, ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਤ ਅਤਰ ਸਿੰਘ ਜੀ ਨਾਲ ਆਪ ਚੱਲ ਰਹੇ ਨੇ। ਜਦੋਂ ਕਹਿੰਦੇ ਉਹ ਜਲੂਸ ਆਇਆ ਅਤੇ ਸਾਹਮਣੇ ਜਿਹੜਾ ਅੰਗਰੇਜ਼ ਅਫਸਰ ਆ ਰਿਹਾ ਸੀ, ਉਹਦੇ ਨਾਲ ਜਿਹੜੀ ਸਿਕਿਉਰਿਟੀ ਸੀ, ਉਹਨਾਂ ਨੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਰੋਕਣ ਦੀ ਕੋਸ਼ਿਸ਼ ਕੀਤੀ। ਅਤੇ ਉਹ ਅੰਗਰੇਜ਼ ਅਫਸਰ ਦਾ ਜਦੋਂ ਸਵਾਰਾ ਰੋਕਣ ਦੀ ਕੋਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬ ਦਾ, ਅਤੇ ਸੰਤ ਅਤਰ ਸਿੰਘ ਜੀ ਸਾਹਮਣੇ ਹੋ ਗਏ, ਕਹਿੰਦੇ ਇਹ ਸਵਾਰਾ ਤਾਂ ਨਹੀਂ ਰੁਕੇਗਾ, ਬਹਿਸ ਬਸਈਆ ਹੋ ਗਿਆ। ਉਹ ਅੰਗਰੇਜ਼ ਅਫਸਰ ਸਿਆਣਾ ਸੀ, ਅਫਸਰ ਸਿਆਣੇ ਹੁੰਦੇ ਨੇ, ਸਮਝ ਲੈਂਦੇ ਨੇ, ਉਹਨੇ ਸੋਚਿਆ ਪਤਾ ਨਹੀਂ ਗੱਲ ਕੀ ਹੋ ਗਈ। ਜਦੋਂ ਸੰਤ ਅਤਰ ਸਿੰਘ ਜੀ ਨੇ ਉਹਦੇ ਵੱਲ ਨੂੰ ਇਹ ਹੱਥ ਮਾਰ ਕੇ ਇਸ਼ਾਰਾ ਕਰਕੇ ਗੱਲ ਕੀ ਇੱਕ ਸ਼ਬਦ ਪੜ੍ਹਿਆ,
ਸ਼ਬਦ ਇਹ ਪੜਿਆ ਇਹ ਭੂਪਤ ਰਾਜੇ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਕੋਉ ਹਰ ਸਮਾਨ ਨਹੀਂ ਰਾਜਾ। ਗੁਰੂ ਗ੍ਰੰਥ ਸਾਹਿਬ ਵੱਲ ਇੱਦਾਂ ਹੱਥ ਕਰਕੇ ਅਤੇ ਉਹਦੇ ਵੱਲ ਹੱਥ ਮਾਰ ਕੇ ਕਹਿੰਦੇ ਨੇ ਕੋਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਰਾਜੇ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਤਾਂ ਰਾਜੇ ਚਾਰ ਦਿੰਦੇ ਨੇ, ਅੱਜ ਕੁਰਸੀ ਹੈਗੀ ਕੱਲ੍ਹ ਨਹੀਂ ਹੋਵੇਗੀ, ਪਰ ਗੁਰੂ ਗ੍ਰੰਥ ਸਾਹਿਬ ਬਾਤਾਦ ਰਹਿੰਦੀ ਦੁਨੀਆ ਤੱਕ, ਸ਼ਾਏ ਸ਼ਹਿਨਸ਼ਾਹ ਬਾਦਸ਼ਾਹਾਂ ਦੇ ਬਾਦਸ਼ਾਹ ਨੇ। ਜਦੋਂ ਇਹ ਗੱਲ ਕਹੀ ਤਾਂ ਉਹ ਅੰਗਰੇਜ਼ ਅਫਸਰ ਪੁੱਛਣ ਲੱਗਾ ਕੀ ਕਹਿੰਦੇ ਨੇ ਮਹਾਤਮਾ ਜਿਹੜੇ ਸਾਹਮਣੇ ਬੈਠੇ ਨੇ, ਅਤੇ ਉਹਨਾਂ ਦੇ ਚੇਲਿਆਂ ਨੇ ਉਹਦੇ ਅਫਸਰਾਂ ਦੇ ਸਿਪਾਹੀਆਂ ਨੇ ਉਸ ਅਫਸਰ ਨੂੰ ਦੱਸਿਆ, ਉਹ ਕਹਿੰਦੇ ਇਹ ਗੱਲ ਕਹਿੰਦੇ ਨੇ ਕਿ ਤੁਹਾਡੀ ਕੁਰਸੀ ਅੱਜ ਹੈਗੀ ਹੈ, ਅੱਜ ਤੁਸੀਂ ਰਾਜੇ ਹੋ, ਕੱਲ੍ਹ ਤੁਸੀਂ ਰਾਜੇ ਨਹੀਂ ਹੋਣਾ, ਪਰ ਇਹ ਗੁਰੂ ਗ੍ਰੰਥ ਸਾਹਿਬ ਰਹਿੰਦੀ ਦੁਨੀਆ ਤੱਕ ਰਾਜੇ ਬਾਦਸ਼ਾਹ ਨੇ। ਅਤੇ ਉਹ ਅੰਗਰੇਜ਼ ਅਫਸਰ ਹੱਥ ਜੋੜ ਕੇ ਕਹਿਣ ਲੱਗਾ ਬਿਲਕੁਲ ਸਹੀ ਕਹਿੰਦੇ ਪਏ ਨੇ, ਇਹ ਸੱਚ ਕਹਿੰਦੇ ਪਏ ਨੇ, ਇਹ ਇਲਾਹੀ ਬੋਲ ਨੇ, ਰਾਜਿਆਂ ਦਾ ਰਾਜਾ, ਬਾਦਸ਼ਾਹਾਂ ਦਾ ਬਾਦਸ਼ਾਹ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਇਹ ਦਰਬਾਰ ਰਹਿੰਦੀ ਦੁਨੀਆ ਤੱਕ ਗੁਰੂ ਗ੍ਰੰਥ ਸਾਹਿਬ ਦਾ ਲੱਗਦਾ ਰਹੇਗਾ। ਦੁਨੀਆ ਦੇ ਤਖਤੇ 'ਤੇ ਬਹਿਣ ਵਾਲੇ ਰਾਜੇ ਕਈ ਆਏ ਆਪਣਾ ਹੁਕਮ ਚਲਾ ਕੇ, ਕਈ ਚਲੇ ਗਏ ਹਮੇਸ਼ਾ ਨਹੀਂ ਰਹੇ, ਕਈ ਮਿੱਟੀ ਦੇ ਵਿੱਚ ਮਿੱਟੀ ਹੋ ਗਏ, ਅੱਜ ਦੁਨੀਆ ਵੀ ਭੁੱਲ ਗਈ ਉਹਨਾਂ ਨੂੰ, ਪਰ ਗੁਰੂ ਗ੍ਰੰਥ ਸਾਹਿਬ ਉਹ ਬਾਦਸ਼ਾਹ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਜਿਹਨੂੰ ਹਮੇਸ਼ਾ ਨਮਸਕਾਰ ਹੁੰਦੀ ਆਈ ਹੈ, ਹੋ ਰਹੀ ਹੈ ਅਤੇ ਹੁੰਦੀ ਰਹੇਗੀ। ਇਸ ਕਰਕੇ ਮੇਰੀ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਈਏ। ਵਾਹਿਗੁਰੂ ਕਿਰਪਾ ਰਹਿਮਤ ਕਰੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਆਪ ਸੰਗਤ ਨੂੰ ਕੋਟਾਨ ਕੋਟ ਮੁਬਾਰਕਬਾਦ ਹੈ, ਆਪ ਸੰਗਤ ਨੂੰ ਵਧਾਈ ਵੀ ਹੈ, ਆਪ ਸੰਗਤ ਲਗਾਤਾਰ ਬੈਠ ਕੇ ਸੁਣਦੇ ਆ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਬਾਣੀ ਰੂਹਾਨੀਅਤ ਹੈ, ਇੱਥੇ ਕੇਵਲ ਅਤੇ ਕੇਵਲ ਉਹਨਾਂ ਦੇ ਬੋਲ ਦਰਜ ਨੇ ਜਿਹੜੇ ਪਰਮਾਤਮਾ ਦੇ ਵਿੱਚ ਇੱਕਮਿਕ ਹੋਏ ਨੇ। ਇੱਥੇ ਭਗਤ ਕਾਨੇ ਵਰਗੇ ਵੀ ਆਏ ਜਿਨ੍ਹਾਂ ਨੇ ਕਿਹਾ ਮੈਂ ਉਹੀ ਰਹਿ, ਮੈਂ ਉਹੀ ਰਹਿ, ਜਾ ਕੋ ਮੁਨ ਜਨ ਖੋਜਤ ਸਭ ਪਾਵਤ, ਖੋਜਤ ਕੋਈ ਰਹਿ। ਇੱਥੇ ਕਹਿੰਦੇ ਉਹ ਵੀ ਆਏ ਜਿਹਨੇ ਕਿਹਾ ਮੈਂ ਆਪਣਾ ਆਪ ਹੀ ਜਿਤਾਇਆ, ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਾਨਾ ਜੀ ਇੱਥੇ ਮੈਂ ਵਾਲਿਆਂ ਦੀ ਕੋਈ ਥਾਂ ਨਹੀਂ ਹੈ, ਇੱਥੇ ਤੂੰ ਕਰਤਾ ਤੂੰ ਹੂਆ, ਮੁਜਮੇ ਰਹਾ ਨਾ ਹੂ, ਇੱਥੇ ਤਾਂ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਹੈ। ਜੇ ਹਾਸ਼ਮ ਸ਼ਾਹ ਵਰਗੇ ਵੀ ਆਏ ਜਿਨ੍ਹਾਂ ਨੇ ਕਿਹਾ ਬੋਲਣ ਦੀ ਨਹੀਂ ਲੋੜ, ਵਿਹੜਿਆ ਚੁੱਪ ਵਿਹੜਿਆ ਚੁੱਪ ਵਿਹੜਿਆ, ਅਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਇਹ ਸਿਧਾਂਤ ਨਹੀਂ, ਇਹ ਤਾਂ ਬਾਬੇ ਨਾਨਕ ਦਾ ਸਿਧਾਂਤ, ਇਹ ਗੱਲ ਕਹਿੰਦਾ ਜਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਐ ਕਿਛ ਕਰੀਏ। ਇੱਥੇ ਤਾਂ ਗੱਲ ਸੁਣਨੀ ਵੀ ਹੈ ਅਤੇ ਗੱਲ ਕਹਿਣੀ ਵੀ ਹੈ, ਇਹ ਮੋਨੀਆਂ ਦਾ ਧਰਮ ਨਹੀਂ ਹੈ ਸਿੱਖ ਧਰਮ, ਇੱਥੇ ਤਾਂ ਗੱਲਾਂ ਕਹਿਣੀਆਂ ਵੀ ਨੇ ਅਤੇ ਗੱਲਾਂ ਸੁਣਨੀਆਂ ਵੀ ਨੇ, ਸਿਧਾਂਤ ਦੀ ਗੱਲ ਸੁਣਾਉਣੀ ਵੀ ਹੈ ਅਤੇ ਸਿਧਾਂਤ ਦੀ ਗੱਲ ਕਰਨੀ ਵੀ ਹੈ। ਹਾਸ਼ਮ ਸ਼ਾਹ ਵਰਗੇ, ਕਾਨੇ ਵਰਗੇ, ਪੀਲੂ ਵਰਗੇ, ਛੱਜੂ ਵਰਗੇ ਭਗਤ ਆਏ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਾਪਸ ਮੋੜ ਦਿੱਤੇ, ਕਹਿੰਦੇ ਨਹੀਂ ਤੁਹਾਡੀ ਬਾਣੀ ਦਰਜ ਨਹੀਂ ਹੋਵੇਗੀ, ਬਾਣੀ ਉਹਨਾਂ ਦੀ ਦਰਜ ਹੋਵੇਗੀ ਜਿਨ੍ਹਾਂ ਨੇ ਰੂਹਾਨੀਅਤ ਦੇ ਮੰਡਲ ਨੂੰ ਛੋਹਿਆ ਹੈ। ਇਹ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੂਹਾਨੀਅਤ ਦੇ ਨਾਲ ਭਰੀ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਰੂਹਾਨੀਅਤ ਦੇ ਨਾਲ ਭਰ ਜਾਵੇਗਾ, ਜਿਹੜਾ ਰੂਹਾਨੀਅਤ ਨਾਲ ਭਰ ਗਿਆ ਨਾ ਉਹਦੇ ਸਾਰੇ ਮੈਲ ਸਾਰੀ ਕਾਲਕ ਉਹਦੀ ਆਪਣੇ ਆਪ ਧੁੱਪ ਜਾਣੀ ਹੈ ਅਤੇ ਸਮਾਜਿਕ ਤੌਰ 'ਤੇ ਸਮਾਜ ਦੀ ਘਾੜਤ ਵੀ ਵਧੀਆ ਬਣ ਜਾਣੀ ਹੈ। ਵਾਹਿਗੁਰੂ ਕਿਰਪਾ ਰਹਿਮਤ ਕਰੇ, ਅਸੀਂ ਗੁਰਬਾਣੀ ਪੜ੍ਹੀਏ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਬਾਣੀ ਦੇ ਵੀ ਧਾਰਨੀ ਹੋ ਜਾਈਏ, ਜਦੋਂ ਬਾਣੀ ਦੇ ਧਾਰਨੀ ਹੋ ਗਏ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਮਾਣ ਦੇ ਨਾਲ ਇਹ ਗੱਲ ਕਹਿ ਦਿੰਦੇ ਨੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਹੋਈਆਂ ਭੁੱਲਾਂ ਦੀ ਖਿਮਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।